ਅਕਾਲੀ ਦਲ ਨੇ ਗੰਭੀਰ ਇਲਜ਼ਾਮ ਲਗਾਏ ਨੇ ਜੀ। ਅਕਾਲੀ ਦਲ ਦਾ ਕਹਿਣਾ ਹੈ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਨੇ ਉਹ ਜਾਲੀ ਬਣ ਰਹੀਆਂ ਨੇ। ਜਿਹੜੀ ਉਹ ਵਟਸਐਪ ਚਾਟ ਹੈਗੀ ਆ ਉਹ ਇਹ ਸੰਕੇਤ ਕਰ ਰਹੀ ਹੈ ਵੀ ਸਰਕਾਰ ਵੋਟਾਂ ਬਣਾਉਣ ਵਾਸਤੇ ਕਹਿ ਰਹੀ ਆ, ਇਹਦੀ ਸ਼ਿਕਾਇਤ ਕੀਤੀ ਆ। ਵਟਸਐਪ 'ਤੇ ਚਾਟ 'ਚ ਇੱਕ ਕੁੱਟੇ ਉਹ ਪਾਉਂਦਾ, ਕੋਈ ਪੋਸਟ ਪਾਉਂਦਾ, ਉਹ ਕਹਿੰਦਾ ਜੀ ਸਾਨੂੰ ਵੋਟਾਂ ਬਣਾਉਣ ਵਾਸਤੇ ਜ਼ਬਰਦਸਤੀ ਕਿਹਾ ਜਾ ਰਿਹਾ ਵੋਟਾਂ ਬਣਾਓ ਭਾਈ। ਕਹਿੰਦਾ ਵੋਟਾਂ ਅਸੀਂ ਜੇ ਕਿਸੇ ਰੋਡੇ ਦੀ ਬਣਾ ਦਿੱਤੀ, ਜਿਹੜਾ ਸਿਰ ਤੋਂ ਰੋਡਾ ਹੈਗਾ ਉਹਦੀ ਵੋਟ ਬਣਾ ਦਿੱਤੀ ਅਸੀਂ, ਕੱਲ ਨੂੰ ਉਹ ਕੋਰਟ ਚਲਾ ਜਾਏਗਾ, ਉਹ ਕੋਰਟ ਜਾਏ ਕਹੇਗਾ ਜੀ ਮੇਰੀ ਵੋਟ ਬਣੀ ਆ, ਮੈਨੂੰ ਮੈਂ ਚੋਣਾਂ 'ਚ ਵੀ ਖੜਨਾ। ਕਹਿੰਦਾ ਫਿਰ ਛਿੱਤਰ ਕਿਤੇ ਪੈਣਗੇ, ਛਿੱਤਰ ਲਫ਼ਜ਼ ਲਿਖਿਆ ਉਹਦੇ ਵਿੱਚ, ਫਿਰ ਛਿੱਤਰ ਕਿਤੇ ਪੈਣਗੇ ਸਮਾਰੇ। ਕਹਿੰਦਾ ਸ਼੍ਰੋਮਣੀ ਅਕਾਲੀ ਦਲ ਕੀ ਕਹਿ ਰਿਹਾ, ਉਹ ਕਹਿੰਦਾ ਇਹ ਅੱਛਾ ਜਿਹੜੀਆਂ ਵੋਟਾਂ ਇਹ ਬਣ ਗਈਆਂ ਇਹਦੇ ਵਿੱਚ ਇਹ ਕਿੱਦਾਂ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਗੀਆਂ ਜਾਂ ਕਿਹੜੀ ਪਾਰਟੀ ਨੂੰ ਭੁਗਤਣਗੀਆਂ। ਅਕਾਲੀ ਦਲ ਨੇ ਗੰਭੀਰ ਇਲਜ਼ਾਮ ਲਗਾਏ ਨੇ ਜੀ। ਅਕਾਲੀ ਦਲ ਦਾ ਕਹਿਣਾ ਹੈ ਕਿ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਨੇ ਉਹ ਜਾਲੀ ਬਣ ਰਹੀਆਂ ਨੇ। ਇਹ ਨਾ ਜੀ ਅਸਲ 'ਚ ਨਾ ਉਹਨੇ ਇੱਕ ਵਟਸਐਪ ਚਾਟ 'ਤੇ ਮੋਗੇ ਦਾ ਕੋਈ ਗਰੁੱਪ ਬਣਿਆ ਹੋਇਆ ਚੋਣਾਂ ਬਣਾਉਣ ਵਾਲਾ, ਕੋਈ SDM ਗਰੁੱਪ ਹੈਗਾ, ਉਹਦੇ ਵਿੱਚ ਇੱਕ ਬੰਦਾ ਵਟਸਐਪ 'ਤੇ ਚਾਟ 'ਚ ਇੱਕ ਉਹ ਪਾਉਂਦਾ, ਕੋਈ ਪੋਸਟ ਪਾਉਂਦਾ, ਉਹ ਕਹਿੰਦਾ ਜੀ ਸਾਨੂੰ ਵੋਟਾਂ ਬਣਾਉਣ ਵਾਸਤੇ ਜ਼ਬਰਦਸਤੀ ਕਿਹਾ ਜਾ ਰਿਹਾ ਵੋਟਾਂ ਬਣਾਓ ਭਾਈ, ਵੋਟਾਂ ਬਣਾਓ ਭਾਈ। ਕਹਿੰਦਾ ਵੋਟਾਂ ਅਸੀਂ ਜੇ ਕਿਸੇ ਰੋਡੇ ਦੀ ਬਣਾ ਦਿੱਤੀ, ਜਿਹੜਾ ਸਿਰ ਤੋਂ ਰੋਡਾ ਹੈਗਾ ਉਹਦੀ ਵੋਟ ਬਣਾ ਦਿੱਤੀ ਅਸੀਂ, ਤਾਂ ਫਿਰ ਕਹਿੰਦੇ ਆਪਣਾ ਕੱਲ ਨੂੰ ਉਹ ਕੋਰਟ ਚਲਾ ਜਾਏਗਾ, ਉਹ ਕੋਰਟ ਜਾਏ ਕਹੇਗਾ ਜੀ ਮੇਰੀ ਵੋਟ ਬਣੀ ਆ, ਮੈਨੂੰ ਮੈਂ ਚੋਣਾਂ 'ਚ ਵੀ ਖੜਨਾ। ਕਹਿੰਦਾ ਫਿਰ ਛਿੱਤਰ ਕਿਤੇ ਪੈਣਗੇ, ਛਿੱਤਰ ਲਫ਼ਜ਼ ਲਿਖਿਆ ਉਹਦੇ ਵਿੱਚ, ਫਿਰ ਛਿੱਤਰ ਕਿਤੇ ਪੈਣਗੇ ਸਮਾਰੇ। ਕਹਿੰਦਾ ਕਹਿੰਦਾ ਵੀ ਇੱਦਾਂ ਹੋਣਾ, ਫਿਰ ਦੂਜਾ ਵਾਸਤੇ ਇੱਕ ਹੋਰ ਆ ਕੋਈ SDM ਆ ਸਮਥਿੰਗ ਜਾਂ ਕੋਈ BLO ਕੋਈ ਅਧਿਕਾਰੀ ਆ, ਉਹ ਕਹਿੰਦਾ ਉਹਨੂੰ ਕਹਿੰਦਾ ਨਹੀਂ ਜੇ ਕੋਈ ਇੱਦਾਂ ਦੀ ਵੋਟ ਮੋਨੇ ਘੋਨੇ ਦੀ ਆ ਗਈ ਤਾਂ ਕੱਢ ਦਾਂਗੇ ਆਪਾਂ, ਇਨਕੁਆਇਰੀ ਤਾਂ ਆਪਣੇ ਕੋਲ ਆਉਣੀ ਆ, ਪੜਤਾਲ ਤਾਂ ਆਪਣੇ ਕੋਲ ਆਉਣੀ ਆ, ਕੱਢ ਦਾਂਗੇ ਆਪਾਂ। ਇਸ ਦੀ ਸ਼ਿਕਾਇਤ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਨੇ ਗੁਰਦੁਆਰਾ ਚੀਫ ਚੋਣ ਕਮਿਸ਼ਨ ਕੋਲ, ਗੁਰਦੁਆਰਾ ਚੋਣਾਂ ਚੀਫ ਚੋਣ ਕਮਿਸ਼ਨ, ਚੀਫ ਚੋਣ ਕਮਿਸ਼ਨ ਨਾਂ ਉਹਦਾ ਮੇਰੇ ਖਿਆਲ 'ਚ ਹੈਗਾ, ਸਾਰੋਂ ਵਾਲਾ ਸਾਰੇ ਮੇਰੇ ਖਿਆਲ 'ਚ, ਉਹਨਾਂ ਕੋਲ ਕੀਤੀ ਹੈ ਜੀ ਸ਼ਿਕਾਇਤ। ਕਹਿੰਦੇ ਵੀ ਆਹ ਵਟਸਐਪ ਚਾਟ ਸਪਸ਼ਟ ਕਰ ਰਹੀ ਆ ਵੀ ਇਹ ਵੋਟਰ ਲਿਸਟ ਚੱਕਦੇ ਆ ਜਿਹਦੇ ਪਿੱਛੇ ਕੌਰ ਲਿਖਿਆ ਹੋਇਆ, ਜਿਹਦੇ ਪਿੱਛੇ ਸਿੰਘ ਲਿਖਿਆ ਉਹਦੀ ਵੋਟ ਬਣਾ ਲੈਂਦੇ ਆ ਆਪੇ ਜਾਲੀ ਸਨ ਕਰਕੇ। ਉਹਦੀ ਫੋਟੋ ਉੱਥੇ, ਫੋਟੋ ਹੈਗੀਆਂ ਉੱਥੇ, ਫੋਟੋ ਹਰ ਇੱਕ ਵੋਟਰ ਦੇ ਨਾਲ ਹੈਗੀ ਆ, ਕਲਰ ਫੋਟੋ ਹੈਗੀਆਂ ਨੇ ਔਨਲਾਈਨ, ਤਾਂ ਵੋਟਰ ਲਿਸਟ ਦੇ ਵਿੱਚ ਧਰਮਿੰਦਰ ਜੀ ਕਲਰ ਫੋਟੋ ਮਿਲ ਜਾਂਦੇ ਆਪਾਂ ਨੂੰ ਔਨਲਾਈਨ, ਹੁਣ ਤਾਂ ਕਾਰਡ ਵੀ ਕਲਰ ਬਣਨ ਲੱਗ ਪਏ ਨਵੇਂ। ਹਾਂ ਕਲਰ ਫੋਟੋ ਕਹਿੰਦਾ ਤੁਸੀਂ ਦਿਓ ਅਤੇ ਉੱਪਰ ਕਲਰ ਫੋਟੋ ਲਾਗੀ ਨਾਲ ਫੋਟੋ ਕੱਢੋ ਅਤੇ ਹੇਠਾਂ ਜਾਲੀ ਕਰੋ ਸਾਈਨ। ਇਹ ਕਹਿੰਦੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਕਹਿੰਦੇ ਨੇ, ਦੋਸ਼ ਲਾ ਰਹੇ ਨੇ ਇਹ ਸਰਕਾਰ ਦੇ ਉੱਪਰ, ਕਹਿੰਦੇ ਵੀ ਉਹਨਾਂ ਨੂੰ ਕਿਹਾ ਹੋਇਆ ਵੱਧ ਤੋਂ ਵੱਧ ਵੋਟਾਂ ਬਣਾਓ ਜਿਹਦੇ ਨਾਂ ਪਿੱਛੇ ਕੌਰ ਲੱਗਿਆ ਹੋਇਆ, ਜਿਹਦੇ ਨਾਂ ਪਿੱਛੇ ਸਿੰਘ ਲੱਗਿਆ ਹੋਇਆ, ਅਤੇ ਫੋਟੋ ਦੇਖੋ ਜਿਹਦਾ ਪੱਗ ਬੰਨੀ ਹੋਈ ਹੈ ਅਤੇ ਜਿਹਦੀ ਦਾੜੀ ਹੈਗੀ ਆ, ਸਭ ਦੀਆਂ ਵੋਟਾਂ ਬਣਾ ਦਿਓ। ਅੱਛਾ ਜੀ ਬਣ ਵੀ ਜਾਣ ਤਾਂ ਘਰੇ ਪਹੁੰਚ ਜਾਣਗੀਆਂ ਜੀ? ਨਹੀਂ ਨਹੀਂ ਘਰੇ ਤਾਂ ਪਹੁੰਚ ਜਾਣਗੀਆਂ। ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਕੀ ਕਹਿ ਰਿਹਾ, ਉਹ ਕਹਿੰਦਾ ਇਹ ਅੱਛਾ ਜਿਹੜੀਆਂ ਵੋਟਾਂ ਇਹ ਬਣ ਗਈਆਂ ਇਹਦੇ ਵਿੱਚ ਇਹ ਕਿੱਦਾਂ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਗੀਆਂ ਜਾਂ ਕਿਹੜੀ ਪਾਰਟੀ ਨੂੰ ਭੁਗਤਣਗੀਆਂ, ਇਹ ਕਿਵੇਂ ਪਤਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਿੱਧਰ ਭੁਗਤਣਗੀਆਂ? ਉਹ ਕਹਿੰਦੇ ਭੁਗਤਣ ਦੀ ਗੱਲ ਛੱਡੋ ਜੀ, ਜਾਲੀ ਬਣਨ ਕਿਉਂ, ਜਾਲੀ ਕਿਉਂ ਬਣਨ? ਇਹ ਹੁਣ ਇਹ ਬੜਾ ਵੱਡਾ ਟਿਪੀਕਲ ਜਿਹਾ ਮਾਮਲਾ ਹੈਗਾ ਬਈ ਸਰਕਾਰ ਨੂੰ ਕੀ ਲਾਲਚ ਜੀ ਵੋਟਾਂ ਬਣਾਉਣ ਦਾ, ਦੱਸੋ। ਪਰ ਜਿਹੜੀ ਉਹ ਵਟਸਐਪ
ਚਾਟ ਹੈਗੀ ਆ ਉਹ ਇਹ ਸੰਕੇਤ ਕਰ ਰਹੀ ਹੈ ਵੀ ਸਰਕਾਰ ਵੋਟਾਂ ਬਣਾਉਣ ਵਾਸਤੇ ਕਹਿ ਰਹੀ ਆ, ਇਹਦੀ ਸ਼ਿਕਾਇਤ ਕੀਤੀ ਹੈ ਉਹਨਾਂ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।